ਇਹ ਤਸਵੀਰ ਉਸ ਵਿਚਾਰੀ ਵਿਆਹੁਤਾ ਦੀ ਹੈ ਜਿਸ ਨੇ ਆਪਣੇ ਪਤੀ ਤੇ ਭਰੋਸਾ ਕੀਤਾ ਤੇ ਉਸਦੇ ਪਤੀ ਨੇ ਉਸਦਾ ਕਤਲ ਹੀ ਕਰ ਦਿੱਤਾ। ਦਰਅਸਲ ਪਤੀ ਪਤਨੀ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ, ਜਿਸ ਤੋਂ ਬਾਅਦ ਇਹ ਪਤਨੀ ਜਿਸਦੀ ਤਸਵੀਰ ਤੁਹਾਨੂੰ ਦਿਖਾਈ ਇਹ ਆਪਣੇ ਪੇਕੇ ਚਲੀ ਜਾਂਦੀ ਸੀ ਤੇ ਹੁਣ ਪਤੀ ਆਪਣੀ ਪਤਨੀ ਨੂੰ ਮਨਾਉਣ ਦੇ ਲਈ ਸਹੁਰੇ ਘਰ ਜਾਂਦਾ ਹੈ। ਸਹੁਰੇ ਘਰ ਜਾ ਕੇ ਪਤਨੀ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਅੱਗੇ ਤੋਂ ਕਦੇ ਵੀ ਕੋਈ ਲੜਾਈ ਨਹੀਂ ਹੋਵੇਗੀ, ਮੈਂ ਆਪਣੀ ਗਲਤੀ ਮੰਨਦਾ। ਇਹ ਕਹਿ ਕੇ ਭਰੋਸਾ ਦਿਵਾਇਆ, ਸਹੁਰੇ ਪਰਿਵਾਰ ਦਾ ਆਪਣਾ ਭਰੋਸਾ ਜਿੱਤਿਆ, ਪੇਕੇ ਤੋਂ ਆਪਣੀ ਪਤਨੀ ਨੂੰ ਵਾਪਸ ਘਰ ਲਿਆਉਂਦਾ ਹੈ। ਘਰ ਲਿਆ ਕੇ ਫਿਰ ਝਗੜਾ ਕਰਦਾ ਹੈ, ਫਿਰ ਝਗੜਾ ਕਰਨ ਤੋਂ ਬਾਅਦ ਉਸਦੇ ਸਿਰ 'ਤੇ ਡੰਡਾ ਮਾਰਦਾ ਹੈ ਅਤੇ ਕੁੜੀ ਨੂੰ, ਇਸ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਮਹਿਜ਼ 26 ਸਾਲਾਂ ਦੀ ਸੀ ਇਹ ਕੁੜੀ, 8 ਸਾਲ ਪਹਿਲਾਂ ਵਿਆਹ ਹੋਇਆ ਸੀ, ਪਰਿਵਾਰ ਬੇਹੱਦ ਕਲਪਿਆ ਹੋਇਆ ਸੀ, ਬੇਹੱਦ ਦੁਖੀ ਸੀ ਇਹਨਾਂ ਦੋਹਾਂ ਦੀ ਲੜਾਈ ਤੋਂ ਲੈ ਕੇ। ਕਦੇ ਪਤਨੀ ਦੀ ਗਲਤੀ ਹੁੰਦੀ, ਕਦੇ ਪਤੀ ਦੀ, ਪਰ ਇਸ ਵਾਰ ਪਤੀ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਘਰ ਆਈ ਪਤਨੀ ਪਹਿਲਾਂ ਆਪ ਹੀ ਮਨਾ ਕੇ ਲਿਆਇਆ ਰੁੱਸੀ ਹੋਈ ਨੂੰ, ਫਿਰ ਸਿਰ 'ਚ ਡੰਡਾ ਮਾਰ ਕੇ ਉਸਦਾ ਕਤਲ ਕਰ ਦਿੱਤਾ। ਖੂਨ ਨਾਲ ਲੱਥਪੱਤ ਨੂੰ ਮੰਜੀ 'ਤੇ ਛੱਡ ਕੇ ਫਰਾਰ ਹੋ ਗਿਆ। ਤਾਂ ਪਾਣੀਪਤ ਦੇ ਪਿੰਡ ਚੁਲਕਾਨਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੰਡੇ ਮਾਰ ਕੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਆਓ ਕੁੜੀ ਦੇ ਮਾਪੇ ਕੀ ਕਹਿ ਰਹੇ ਨੇ, ਕੀ ਇਲਜ਼ਾਮ ਲਗਾ ਰਹੇ ਨੇ, ਜਾਣਦੇ ਹਾਂ। ਜੀ ਆਮਨੇ ਨਹੀਂ ਪਤਾ ਜੀ, ਸਰਪੰਚ ਨੇ ਫੋਨ ਕਰਾ ਤਾ, ਸਰਪੰਚ ਨੇ ਜੀ ਮੈਰਦੋਰੇ ਤੋਂ ਰਾਤ 12 ਕੇ ਵਿੱਚ ਮੈਂ ਮੈਰੀ ਜੀ ਰਾਤ ਨਾ ਵਾ ਕੀ ਫੋਨ ਆਇਆ ਸਰਪੰਚ ਨੂੰ ਕਹਿਣ ਲੱਗਾ ਜੀ ਆਪ ਕੀ ਬਾਣ ਮਾਰ ਦੀ ਕਿਸ ਨੇ ਬੇਟੋ ਨੇ ਜੀ ਦਮਾਦ ਮਤਲਬ ਆਪ ਕੇ ਬੈਨੋ ਹੀ ਹਾਂ ਜੀ ਅੱਛਾ ਕੀ ਕੁਛ ਵਜ੍ਹਾ ਮੰਨਤੇ ਹੈ ਔਰ ਕਿਸ ਹਾਲਤ ਮੈਂ ਆਪ ਜਬ ਯਹਾਂ ਪੇ ਪਹੁੰਚੇ ਕਿਸ ਟਾਈਮ ਪਹੁੰਚੇ ਕਿਸ ਹਾਲਤ ਮੈਂ ਆਪ ਕੀ ਬੈਨ ਮਿਲੀ ਖੁੰਨਮ ਖੂਨ ਹੋਈ ਜੀ ਸਾਰੀ ਮਰੀ ਪੜੀ ਤੀ ਜੀ ਬਿਲਕੁਲ ਸਾਰਾ ਸਿਰ ਪਟ ਰਿਹਾ ਥਾ ਯਹਾਂ ਤਾਂ ਸਾਰਾ ਖੋਪਰੀ ਪਾੜ ਰੱਖੀ ਜੀ ਕਿਆ ਕੁਛ ਆਸ ਪਾਸ ਵੀ ਮਿਲਾ ਹੈ ਕੁਛ ਆਸ ਪਾਸ ਲੁੱਟ ਮਿਲੇ ਜੀ ਮੋਟਾ ਮੋਟਾ ਡੰਡਾ ਹਾਂ ਜੀ ਹਾਂ ਜੀ ਸਾਦੀ ਕਾ ਹੋਈ ਥੀ ਔਰ ਕਿਆ ਤਗੜਾ ਪਕੜ ਕਰਤਾ ਕਿਆ ਪਰ ਸਾਦੀ 8 ਸਾਲ ਹੋ ਲਈ ਜੀ ਸਾਦੀ ਨਾ ਹੋਈ ਥੀ ਜੀ ਪੀਟ ਤੇ ਦਾ ਕਰ ਲਿਆ ਉਤੇ ਜੀ ਅਮੋਂ ਨਾ ਫਿਰ ਘਰ ਕੱਢ ਦੇ ਲਿਆ ਉਤੇ ਫਿਰ ਭੇਜ ਦੇ ਤੇ ਪੰਚਾਇਤ ਕੀ ਉਸਤਾ ਜੀ ਫਿਰ ਮਜ਼ਦੂਰ ਆਦਮੀ ਜੀ ਪੂਰਾ ਪਾੜਾ ਜੀ ਉਸਕਾ ਭੁੱਖੀ ਵੀ ਰੱਖਿਆ ਥਾ ਪੀਟ ਟਕਰਾ ਜੀ ਪੂਜਾ ਨਾਮ ਦਾ ਜੀ ਮਾਰੀ ਲੜਕੀ ਕਾ ਪਰ ਸਰਪੰਚ ਨੇ ਬਤਾਏ ਜੀ ਮਰਤਾ ਹੈ ਅਗ ਭਾਈ ਮਾਰ ਪੀਟ ਕਰ ਰੱਖੀ ਫਿਰ ਹਮਨੇ ਗੋਡਾ ਗਾਉ ਮੈਂ ਫੋਨ ਕਰਿਆ ਉਹ ਆਓ ਵਿਆਹ ਰੱਖਿਆ ਤਾ ਬਚੋਲਾ ਦਾ ਚੋਰੀ ਕਾ ਮਾਨੂੰ ਪੂਛ ਮਾ ਕੇ ਹੋਇਆ ਤੋ ਉਹਨਾਂ ਫੋਨ ਕਰਿਆ ਜੀ ਤੂੰ ਗੱਲ ਲਾਈ ਮੇਰੀ ਲੜਕੀ ਪੂਰੀ ਹੋ ਰਹੀ ਚਲੇ ਜਾਓ ਸਾਦੇ ਨੂੰ ਸਾਡੇ 7ਵੀਂ ਸਾਲ ਲੱਗ ਰਹੀ ਸੀ ਜੀ ਇੱਕ ਲੱਟਦਾ ਜੀ ਉਹ ਦਮੋਟਾ ਛੋਟੀ ਜੀ ਕੱਟ ਪਾਈ ਬਗੇਰ ਰੱਖੀ ਦੀ ਜੀ ਪਹਿਲਾਂ ਵੀ ਸਿਰ ਪਾੜਿਆ ਤਾ ਫਿਰ ਚੇਤਾ ਕੱਢ ਦਿੱਤਾ ਜੀ ਪੰਚਾਇਤ ਤਾਂ ਭੇਜ ਦਿੱਤੀ ਜੀ ਮੈਨੂੰ ਦੋ ਆਦਮੀ ਆ ਜਾ ਤਾ ਚੱਲ ਭਾਈ ਲੈ ਜਾਏਗੀ ਕੋਈ ਬਾਤ ਨੀ ਜਾਪਤੀ ਹੈ ਰਹਿਣਾ ਦਵਾਈ ਹੈ ਜੀ ਉਹ ਪੈਸਾ ਮੰਗਾ ਜੀ ਪੀਣ ਕੇ ਚੱਕਰ ਮੈਨੂੰ ਪੈਸਾ ਪੈਸਾ ਚਾਹੀਦਾ ਜੀ ਹੋਰ ਕੁਛ ਨੀ ਚੰਦਾ ਜੀ
पैसे के उसमें मार दी गरीब आदमी मेरा चार चार बच्ची एक चार पाई थी छोटा सा खटोला उस पर घेरा की थी खून खून हो रही थी सारी मरी पड़ी थी जी मैं तो अब नानी माँ कोई भी मिला पुलिस पुलिस मिली थी जी बच्चा भी नहीं था जी वहां तो नशा कर रहा था जी सारे साल सारे नशे कर रहा था जी तो चार दिन हो गए बट्टे बताया था मेरी बट्टी रोटी पौड़ में लग रही थी संभाल के अपने बच्चों ने पाल रही थी एक पैसा भी नहीं दे रहा था देज पैसा चाहिए था पैसा ला दे अपने घर का मैं बिजनेस कर लूंगा हत्या हो गई है उसकी लाश घर पे ही थी वारसान उसके पहुंच गए हैं और एफ आई आर दर्ज की जा सकती है इन्वेस्टिगेशन जा रही है आपकी झगड़ा पति किस चीज से मारते थे लकड़ी का जो बीटा लकड़ी का जो बीटा टाइप हैवी रहता ना उससे सिर में टूटे मारते आरोप फिर आए सर इन्वेस्टिगेशन जा रहा है सर आरोपी है जो पुलिस की लकड़ियों के असर नहीं अभी उसके धरपकड़ जारी है जल्दी गिरफ्तार कर लिया